ਨਗਰ ਨਿਗਮ ਦੀ ਤਹਿਬਜ਼ਾਰੀ ਟੀਮ ਵੱਲੋਂ ਅੱਜ ਨਜਾਇਜ਼ ਜਗ੍ਹਾ 'ਤੇ ਰੇਹੜੀਆਂ ਲਗਾਉਣ ਅਤੇ ਸਮਾਨ ਰੱਖ ਕੇ ਵੇਚਣ ਵਾਲਿਆਂ 'ਤੇ ਅੱਜ ਫਿਰ ਉਹਨਾਂ ਵੱਲੋਂ ਕਿਸੇ ਸ਼ਿਕੰਜਾ ਅਤੇ ਕੁਝ ਸਮਾਨ ਕੀਤਾ ਜ਼ਬਤ। ਸ਼ੁੱਕਰਵਾਰ ਨੂੰ 2 ਵਜੇ ਦੇ ਲਗਭਗ ਨਗਰ ਨਿਗਮ ਦੇ ਤਹਿਬਜ਼ਾਰੀ ਅਫਸਰ ਸਾਹਿਲ ਸ਼ਰਮਾ ਆਪਣੀ ਟੀਮ ਲੈ ਕੇ ਬਠਿੰਡਾ ਦੀ ਦਾਣਾ ਮੰਡੀ ਅਤੇ ਰਿੰਦਰਾ ਕੋਰੇ ਦੇ ਸਾਹਮਣੇ ਪਹੁੰਚੇ ਅਤੇ ਉਹਨਾਂ ਵੱਲੋਂ ਬਹੁਤ ਸਾਰਾ ਸਮਾਨ ਜ਼ਬਤ ਵੀ ਕੀਤਾ ਗਿਆ ਅਤੇ ਬਹੁਤ ਸਾਰਿਆਂ ਨੂੰ ਵਾਰਨਿੰਗ ਦੇ ਕੇ ਛੱਡਿਆ ਵੀ ਗਿਆ। ਉਹਨਾਂ ਕਿਹਾ ਕਿ ਜਿਹੜੇ ਇਹ ਰੇਹੜੀਆਂ ਵਾਲੇ ਹਨ ਇਹ ਇੱਕ ਜਗ੍ਹਾ 'ਤੇ ਨਹੀਂ ਹੀ ਆਪਣਾ ਖੜ ਕੇ ਸਮਾਨ ਵੇਚ ਸਕਦੇ ਅਤੇ ਇਹਨਾਂ ਦਾ ਜਿਹੜਾ ਲਾਇਸੈਂਸ ਬਣਦਾ ਉਹ ਇਹ ਤੁਰ ਫਿਰ ਕੇ ਹੀ ਆਪਣਾ ਸਮਾਨ ਵੇਚ ਸਕਦੇ ਹੈ ਅਤੇ ਅੱਜ ਇਹਨਾਂ ਵੱਲੋਂ ਬਠਿੰਡਾ ਦੀ ਦਾਣਾ ਮੰਡੀ ਅਤੇ ਰਿੰਦਰਾ ਕੋਲਜ ਦੇ ਨੇੜੇ ਇਹ ਆਪਣਾ ਕਾਰਵਾਈ ਕੀਤੀ ਗਈ। ਜਿਹੜੇ ਵਿਅਕਤੀ ਸੜਕ 'ਤੇ ਬੈਠ ਕੇ ਸਮਾਨ ਵੇਚ ਰਹੇ ਸਨ ਜਾਂ ਸੜਕ 'ਤੇ ਰੇਹੜੀਆਂ ਖੜਾ ਕੇ ਸਮਾਨ ਵੇਚ ਰਹੇ ਸਨ ਇਹਨਾਂ ਵੱਲੋਂ ਕੁਝ ਸਮਾਨ ਇਹਨਾਂ ਦਾ ਜ਼ਬਤ ਵੀ ਕੀਤਾ ਗਿਆ ਅਤੇ ਕੁਝ ਨੂੰ ਵਾਰਨਿੰਗ ਦੇ ਕੇ ਛੱਡਿਆ ਵੀ ਗਿਆ। ਦੇਖਣ ਨੂੰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਰਿੰਦਰਾ ਕੋਲਜ ਦੇ ਸਾਹਮਣੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਤਹਿਬਜ਼ਾਰੀ ਦੇ ਅਫਸਰ ਸਾਹਿਲ ਸ਼ਰਮਾ ਦੀ ਅਗਵਾਈ ਦੇ ਵਿੱਚ ਨਗਰ ਨਿਗਮ ਦੀ ਇੱਥੇ ਟੀਮ ਪਹੁੰਚੀ ਅਤੇ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਕੁਝ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਕੁਝ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ। ਮੇਰਾ ਨਾਮ ਸਾਹਿਲ ਸ਼ਰਮਾ ਜੀ। ਅੱਜ ਕੀ ਹੈ ਕਿ ਜੀ ਸਾਡੇ ਕੋਲ ਸ਼ਿਕਾਇਤਾਂ ਕੁਝ ਪ੍ਰਾਪਤ ਹੋਈਆਂ ਜੀ, ਜਿਹਦੇ ਪ੍ਰਤੀ ਕੀ ਹੈ ਜੀ ਇੱਕ ਦਾਣਾ ਮੰਡੀ ਹੈ, ਇੱਕ ਰਜਿੰਦਰਾ ਕੋਲਜ ਦੇ ਬਾਹਰ ਕੁਝ ਸਮਾਨ ਸੀਗਾ, ਉਹਨਾਂ 'ਤੇ ਕੀ ਜੀ ਕਾਰਵਾਈ ਕਰ ਰਹੇ ਹਾਂ ਜੀ। ਇੱਥੇ ਜੇ ਤੁਸੀਂ ਦੇਖੋਗੇ ਜੀ ਲੋਕਾਂ ਨੇ ਦਾਣਾ ਮੰਡੀ ਦੇ ਬਾਹਰ ਉਹ ਤਾਂ ਫਰੂਟ ਮਾਰਕੀਟ ਅੰਦਰ ਬਣਾਈ ਹੋਈ ਹੈ ਜੀ, ਲੋਕਾਂ ਨੇ ਬਾਹਰ ਵੀ ਆਪਣੀਆਂ ਰੇਹੜੀਆਂ ਲਵਾਉਣੀਆਂ ਸ਼ੁਰੂ ਕਰਾ ਦਿੱਤੀਆਂ ਜੀ। ਅੱਜ ਜੀ ਜਿਹੜਾ ਕੁਛ ਸਮਾਨ ਹੈ ਕੁਛ ਤਾਂ ਜ਼ਬਤ ਕੀਤਾ ਜੀ, ਇੱਕ ਇੱਧਰਲਾ ਰੋਡ ਦੀ ਸ਼ਿਕਾਇਤ ਅੱਜ ਆਈ ਹੈ ਤਾਂ ਕਰਕੇ ਇਹਨਾਂ ਨੂੰ ਵਾਰਨਿੰਗ ਦੇ ਰਹੇ ਜੀ ਅੱਜ ਵੀ ਅੱਗੇ ਤੋਂ ਇੱਥੇ ਲਾਉਣ ਨਹੀਂ ਹੈ। ਸਰ ਹੁਣ ਪਿਛਲੇ ਸਮੇਂ 'ਚ ਕੁਛ ਜੇ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਵੀ ਕੁਛ ਮੰਨ ਲਓ 80% ਸੁਧਰ ਗਏ ਲੋਕ, ਪਰ 20% ਹੀ ਰਹਿ ਗਏ ਜੀ। ਉਹ 20% 'ਤੇ ਅਸੀਂ ਜਿਹੜੀ ਕਾਰਵਾਈ ਕਾਨੂੰਨੀ ਅਸੀਂ ਰੰਬਰ ਨੂੰ ਫਿਰਦੇ ਜੀ ਉਹਨਾਂ 'ਤੇ, ਕੁਛ ਕੇ ਟਾਈਮ 'ਚ ਪਤਾ ਲੱਗ ਜੂਗੀ। ਸਰ ਰੇਹੜੀਆਂ ਵਾਲੇ ਕਹਿੰਦੇ ਕਿ ਅਸੀਂ ਦਿਹਾੜੀ ਲਾਉਂਦੇ ਹਾਂ, ਸਾਡੀ ਦਿਹਾੜੀ ਵੀ ਨਹੀਂ ਪੂਰੀ ਪੈਂਦੀ ਗੀ। ਹਾਂਜੀ, ਦੁਕਾਨਦਾਰ ਆਪਣੇ ਅੱਡੇ ਜਿਹੜੇ ਕਿ ਬਾਹਰ 1-1 ਫੁੱਟ 2-2 ਫੁੱਟ ਬਾਹਰ ਕੱਢਕੇ ਰੱਖਦੇ ਨੇ। ਹਾਂਜੀ, ਕਿਸ ਤਰ੍ਹਾਂ ਦੇਖਦੇ ਹੋ ਸਰ? ਜਿਹੜੇ ਰੇਹੜੀ ਆ ਜੀ, ਰੇਹੜੀ ਦਾ ਜਿਹੜਾ ਕੋਈ ਲਾਇਸੈਂਸ ਵੀ ਬਣਦਾ ਨਾ, ਉਹਨਾਂ ਤੁਰਦਾ ਹੀ ਫਿਰਦੀ ਦਾ ਬਣਦਾ ਵੀ ਉਹ ਆਪਦੀ ਕਾਰਵਾਈ ਜਾਂ ਕੋਈ ਸਮਾਨ ਵੇਚਣਾ ਉਹਨਾਂ ਨੇ, ਹੈ ਨਾ ਜੀ। ਉਹ ਕੀ ਤੁਰਦਾ ਫਿਰਦਾ ਵੇਚਣਾ, ਇਹ ਕੀ ਕਰਦਾ ਜੀ 10-10 ਰੇਹੜੀਆਂ ਦਾ ਇਕੱਠਾ ਹੀ ਇੱਕ ਥਾਂ 'ਤੇ ਲਾ ਕੇ ਆਉਂਦਾ ਜੀ, ਇੱਕ ਏਰੀਆ ਬਣਾ ਲੈਂਦੇ ਜੀ ਵੀ ਇਹ ਸਾਡਾ ਏਰੀਆ ਬਣ ਗਿਆ। ਉਹ ਚੀਜ਼ ਗਲਤ ਆ ਜੀ। ਅਸੀਂ ਕਹਿੰਦੇ ਕੰਮ ਕਰੇ ਗਰੀਬ ਬੰਦਾ, ਅਸੀਂ ਨਹੀਂ ਰੋਕਦੇ ਜੀ, ਪਰ ਇੱਕ ਸਿਸਟਮੈਟਿਕ ਕਰੇ ਜੋ ਉਹਨੂੰ ਤੁਰਦੀ ਫਿਰਦੀ ਚੀਜ਼ ਜਾਂ ਵੇਚਣ ਦਾ ਸਮਾਨ ਮਿਲ ਰਿਹਾ ਤਾਂ ਵੇਚੇ। ਅੱਜ ਤੁਹਾਡੇ ਕੋਲ ਕਿਹੜੇ ਏਰੀਏ ਸੀ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ? ਸਾਡੇ ਕੋਲ ਜੀ ਇੱਕ ਤਾਂ ਹੈਗਾ ਜੀ ਮੇਨ ਰੋਡ ਸੀਗਾ, ਜੀਟੀ ਰੋਡ ਹੋ ਗਿਆ ਜੀ, ਇੱਕ ਦਾਣਾ ਮੰਡੀ ਹੋ ਗਿਆ ਜੀ, ਉਸ ਤੋਂ ਬਾਅਦ ਵਿਸ਼ਾਲ ਮਾਰਕੀਟ ਹੋ ਗਿਆ ਜੀ। ਇੱਕ ਕੁਝ ਦੇਖਣ 'ਚ ਆਇਆ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਜੇਕਰ ਰੈਂਟ 'ਤੇ ਦੇ ਦਿੰਦੇ, ਸੁਣਨ ਵਿੱਚ ਆਇਆ ਸਰ? ਕੋਈ ਇੱਦਾਂ ਦੀ ਕੋਈ ਸ਼ਿਕਾਇਤ ਸਾਡੇ ਕੋਲ ਪ੍ਰਾਪਤ ਨਹੀਂ ਹੋ ਰਹੀ ਜੀ। ਜੇ ਕੋਈ ਸਾਨੂੰ ਲਿਖਤੀ ਕਰ ਦੂਗਾ ਜੀ, ਕਾਰਵਾਈ ਉਸ 'ਤੇ ਵੀ ਹੋਊਗੀ ਜੀ।